ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਵੀਡੀਓ 'ਚ ਅੱਜ ਦੋਸਤੋ ਜਿਹੜੀ ਤੁਹਾਨੂੰ ਘੋੜੀ ਦਿਖਾਉਣ ਲੱਗੇ ਨੁਕਰੀ ਘੋੜੀ ਹੈ ਬਹੁਤ ਚੰਗੀ ਤੇ ਘੋੜੀ ਕਾ ਦੀ ਖੜੀ ਵੀ ਤਾਂ ਘੋੜਾ ਹੀ ਲੱਗਦੀ ਹੈ ਬਾਕੀ ਤੁਸੀਂ ਜਾ ਕੇ ਆਪ ਚੈੱਕ ਕਰ ਲਿਓ ਫੋਟੋ ਦੇ ਤਾਂ ਤੁਸੀਂ ਦੇਖ ਸਕਦੇ ਆਂ ਵੀ ਬਿਲਕੁਲ ਜਿਹੜੀ ਇਹਦੀ ਬੰਤਰ ਹੈਗੀ ਹੈ ਜਾਂਦੀ ਖੜਨੀ ਖੁੜਨੀ ਹੈ ਘੋੜਿਆਂ ਵਰਗੀ ਹੈ ਮਜ਼ਬੂਤ ਘੋੜੀ ਹੈ ਭਾਰੀ ਹੈ ਪੂਰੀ ਇਹਦੀ ਉਮਰ ਹੈ ਜਿਹੜੀ ਸੱਜਣੋ ਉਹ 4 ਸਾਲ ਹੋ ਗਈ ਹੈ ਇਸ ਟਾਈਮ ਤੇ ਬਾਈ ਹੁਣਾਂ ਨੇ ਦੱਸਿਆ ਬਾਡੀ ਬੰਤਰ ਦੀ ਪੂਰੀ ਮਜ਼ਬੂਤ ਹੈ ਪੂਰੀ ਭਾਰੀ ਘੋੜੀ ਹੈ ਸੋਹਣੀ ਘੋੜੀ ਹੈ ਪੂਰੀ ਪੈਠਪੜੇ ਪੱਖੋਂ ਤੁਸੀਂ ਦੇਖ ਸਕਦੇ ਆਂ ਜਾਂ ਇਹਦਾ ਜਿਹੜਾ ਬਾਡੀ ਸਟਰਕਚਰ ਹੈ ਇਹਦਾ ਢਾਂਚਾ ਹੈ ਜਿਹੜਾ ਉਹ ਵੀ ਤੁਸੀਂ ਚੈੱਕ ਕਰ ਲਓ ਬਹੁਤ ਸੰਭੀ ਹੋਈ ਘੋੜੀ ਹੈ ਤੇ 4 ਸਾਲ ਦੀ ਉਮਰ ਹੈ ਇਹਦੀ ਇਹ ਜਿਹੜਾ ਮਹਾਰਾਜਾ ਘੋੜਾ ਬਾਦਲਾਂ ਵਾਲਾ ਉਸ ਘੋੜੇ ਦੀ ਧੀ ਹੈ ਇਹ ਬਾਈ ਹੁਣਾਂ ਨੇ ਦੱਸਿਆ ਆ ਤੁਸੀਂ ਤੁਰਦੀ ਤੁਰਦੀ ਚੈੱਕ ਕਰ ਲਓ ਇੱਕ ਵਾਰ ਹੱਡਾਂ ਪੈਰਾਂ ਪੱਖੋਂ ਦੇਖ ਲਓ ਇਹਦਾ ਪੈਠਪੜਾ ਚੈੱਕ ਕਰ ਲਓ ਤੇ ਬਾਕੀ ਜਿਹੜਾ ਇਹਦਾ ਬਾਡੀ ਸਟਰਕਚਰ ਹੈ ਉਹ ਸਾਰਾ ਤੁਸੀਂ ਦੇਖ ਸਕਦੇ ਆ ਬਹੁਤ ਸੋਹਣੀ ਘੋੜੀ ਐ ਸੱਜਣਾ ਮਹਾਰਾਜੇ ਘੋੜੇ ਦੀ ਇਹ ਧੀ ਐ ਬਲ ਸਾਹਿਬ ਵਾਲੇ ਦੀ ਤੇ 4 ਸਾਲੇ ਦੀ ਉਮਰ ਐ ਹਾਈਟ ਜਿਹੜੀ ਇਹਦੀ ਬਾਈ ਹੁਣਾਂ ਨੇ ਦੱਸਿਆ 61 ਇੰਚ ਬਾਕੀ ਘੋੜੀ ਸੋਹਣੀ ਐ ਕੰਨਾਂ ਕੋਨਾ ਪੱਖੋਂ ਵੀ ਸ਼ਕੀਨ ਐ ਮੂੰਹ ਮੱਥੇ ਪੱਖੋਂ ਇਹਦੀ ਜਿਹੜੀ ਫੇਸ ਕੁਆਲਿਟੀ ਐ ਜਾਂ ਇਹਦੀ ਗਰਦਨ ਦੀ ਜਿਹੜੀ ਬੰਤਰ ਐ ਉਹ ਸਾਰਾ ਕੁਝ ਹੀ ਦੋਸਤੋ ਚੰਗਾ ਐ ਇਹ ਬਾਈ ਰਾਮਪਾਲ ਉਹਨਾਂ ਦੇ ਕੋਲੇ ਖੜੀ ਹੈ ਸੇਖਾ ਸਟੱਡ ਫਾਰਮ ਤੇ ਸੇਖਾ ਕਲਾ ਪਿੰਡ ਬਾਈ ਰਾਮਪਾਲ ਉਹਨਾਂ ਦੇ ਘਰੇ ਖੜੀ ਹੈ ਦੋਸਤੋ ਜਿੰਨਾਂ ਕੋਲੇ ਹੀਰਾ ਤੇ ਇੱਕ ਰਾਜਾ ਘੋੜਾ ਦੋ ਘੋੜੇ ਆ ਉਹਨਾਂ ਕੋਲੇ ਬਹੁਤ ਸ਼ਾਨਦਾਰ ਉਹਨਾਂ ਦੇ ਘਰੇ ਇਹ ਜਿਹੜੀ ਬਸ਼ੇਰੀ ਕਹ ਲਈਏ ਜਾਂ ਘੋੜੀ ਕਹ ਲਈਏ ਦੋਸਤੋ ਖੜੀ ਹੈ ਇਹਨੂੰ ਲਗਭਗ 10 ਕ ਦਿਨ 10 11 ਦਿਨ ਮੇਟ ਕਰਵਾਈ ਨੂੰ ਵੀ ਹੋ ਗਏ ਬਾਈ ਉਹਨਾਂ ਨੇ ਦੱਸਿਆ ਵੀ ਹੀਰੇ ਘੋੜੇ ਤੋਂ ਮੇਟ ਕਰਵਾਈ ਹੈ 10 ਤੋਂ 12 ਦਿਨ ਇਹਨੂੰ ਮੇਟ ਕਰਵਾਈ ਨੂੰ ਹੋਏ ਆ ਬਾਕੀ ਉਹਦਾ ਕੋਈ ਵੀਡੀਓ ਪ੍ਰੂਫ ਵਗੈਰਾ ਜਿਹੜਾ ਤੁਹਾਨੂੰ ਚਾਹੀਦਾ ਹੋਇਆ ਜਾਂ ਕੋਈ ਤੁਹਾਨੂੰ ਹੋਰ ਉਹਦੀ ਡਿਟੇਲ ਜਾਂ ਇਨਫਾਰਮੇਸ਼ਨ ਚਾਹੀਦੀ ਹੋਈ ਤਾਂ ਉਹ ਤੁਸੀਂ ਬਾਈ ਹੁਣਾਂ ਦੇ ਨਾਲ ਗੱਲਬਾਤ ਕਰ ਲਿਓ ਨੰਬਰ ਸਕਰੀਨ ਤੇ ਬਾਈ ਰਾਮਪਾਲ ਦਾ ਦਿੱਤਾ ਹੈ ਜਿਆਦਾ ਜਾਣਕਾਰੀ ਆਸਤੇ ਤੁਸੀਂ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਕਰ ਲੈਣੀ ਹੈ ਜਾਣਕਾਰੀ ਜਿੰਨੀ ਕੁ ਮੈਨੂੰ ਦੱਸੀ ਜਾਂਦੀ ਹੈ ਉਹ ਮੈਂ ਤੁਹਾਡੇ ਨਾਲ ਸਾਂਝੀ ਕਰ ਲੈਣਾ ਇਹਨੂੰ ਵੈਰੀਫਾਈ ਕਰਨਾ ਜਿਹੜਾ ਦੋਸਤੋ ਉਹ ਤੁਹਾਡੀ ਜ਼ਿੰਮੇਵਾਰੀ ਹੈ ਉਹ ਤੁਸੀਂ ਆਪ ਦੇ ਤਰੀਕੇ ਦੇ ਨਾਲ ਜ਼ਰੂਰ ਕਰ ਲਿਆ ਕਰੋ ਕੁੜੀ ਸਾਫ਼ ਸੁਥਰੀ ਹੈ ਛੁਕੇ ਛੁਕੇ ਤੋਂ ਵੀ ਰਹਿਤ ਹੈ ਬਾਕੀ ਗਲਾਬੀ ਪਾਣ ਜਿਹੜਾ ਫੇਸ ਤੇ ਤੁਸੀਂ ਦੇਖ ਸਕਦੇ ਆ ਗਲਾਬੀ ਪਾਣ ਇਹਦੇ ਵਿੱਚ ਹੈਗਾ ਸਾਫ ਸੁਥਰੀ ਘੋੜੀ ਹੈ ਸ਼ੇਪ ਕੇ ਤੋਂ ਹੀ ਰਹਿਤ ਹੈ ਤੇ ਬਾਕੀ ਬਾਡੀ ਦੀ ਸੋਹਣੀ ਲੱਗੀ ਦੋਸਤੋ ਮੈਂ ਚੰਗੀ ਭਾਰੀ ਸੋਹਣੀ ਘੋੜੀ ਹੈ ਬਾਡੀ ਪੱਖੋਂ ਵਧੀਆ ਤੇ ਜੇ ਕੋਈ ਸੱਜਣ ਚਾਹਵਣ ਹੈਗਾ ਵੀ ਨੁਕਰੀ ਘੋੜੀ ਖਰੀਦਣੀ ਹੈ ਬਾਕੀ ਬਲੱਡ ਲਾਈਨ ਵੀ ਚੰਗੀ ਹੈ ਤਾਂ ਜਰੂਰ ਬਾਈ ਰਾਮਪਾਲ ਹੁਣਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਆ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਜਿਹੜੇ ਵੀਰਾਂ ਨੇ ਹਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜੇ ਕਿਸੇ ਸੱਜਣ ਨੇ ਆਪਦੇ ਕਿਸੇ ਜਾਨਵਰ ਦੀ ਐਡ ਆਪਣੇ ਇਸ ਚੈਨਲ ਤੇ ਕਰਵਾਉਣੀ ਹੋਵੇ ਤਾਂ ਫਿਰ ਵੀਡੀਓ ਦੇ ਅਖੀਰ ਦੇ ਵਿੱਚ ਆਪਣਾ ਨੰਬਰ ਦੋ ਸੂ ਚੱਲਦਾ ਹੁੰਦਾ ਹੈ ਉੱਥੇ ਤੁਸੀਂ ਮੇਰੇ ਨਾਲ ਵੀ ਜਿਹੜੀ ਗੱਲਬਾਤ ਆ ਉਹ ਕਰ ਸਕਦੇ ਆ ਸੋ ਕਰੋ ਗੱਲਬਾਤ ਬਾਈ ਰਾਮਪਾਲ ਹੁਣਾ ਨਾਲ ਨੰਬਰ ਚੱਲਦਾ ਸਕਰੀਨ ਤੇ ਇਹਦਾ ਜਿਹੜਾ ਮੁੱਲ ਵਗੈਰਾ ਹੈਗਾ ਉਹ ਬਾਈ ਹੁਣਾ ਨੇ ਫੋਨ ਤੇ ਕਰਨਾ ਤੇ ਉੱਥੇ ਤੁਹਾਡੇ ਨਾਲ ਗੱਲਬਾਤ ਕਰਨਗੇ ਕਿੰਨੇ ਕੁ ਭਾਅ ਦੀ ਹੈ ਕਿੰਨੇ ਕੁ ਮੁੱਲ ਦੀ ਘੋੜੀ ਹੈ ਬਾਕੀ ਘੋੜੀ ਤੁਸੀਂ ਖੜੀ-ਖੜੀ ਦੇਖ ਸਕਦੇ ਆ ਖੜਨੀ-ਖੜਨੀ ਬਹੁਤ ਸੋਹਣੀ ਹੈ ਬਾਕਮਾਲਾ ਕੰਨਾਂ ਦੀ ਵੀ ਬਹੁਤ ਸੋਹਣੀ ਘੋੜੀ ਹੈ ਤੇ ਜਿਹੜਾ ਫੇਸ ਕੁਆਲਿਟੀ ਹੈ ਜਾਂ ਬਾਡੀ ਸਟਰਕਚਰ ਹੈ ਉਹ ਇਹਦਾ ਸਾਰਾ ਕੁਝ ਹੀ ਵਧੀਆ ਹੈ। ਬਾਕੀ ਤੁਸੀਂ ਆਪ ਜਾ ਕੇ ਚੈੱਕ ਕਰ ਲਿਓ ਸਾਰਾ ਕੁਝ ਤੇ ਦੱਸਿਓ ਵੀ ਕਿਵੇਂ ਲੱਗੀ। ਧੰਨਵਾਦ ਦੋਸਤੋ। ਕਰੋ ਗੱਲਬਾਤ।